रहीम मैं आज आया फ्रूट मंडी। कितने कितने दी पेटी बेच रहे? पेटी बेच रहे 1500। 1500 दी। कितने किलो वजन है? वजन नेगा 16। 16 यानी शकीना दे माल है ना? हां अच्छा माल है भाई, अच्छी क्वालिटी वाला है, चार माल गलत दाना निकाला हुआ है। अच्छा अच्छा, जो बेहतर माल है वो उसका अच्छा रेट होता है। अच्छा, जो छांट वाला माल है उसका और रेट होता है। ये आज माल महंगा है? माल महंगा नहीं, माल अच्छे का अच्छा रेट है, जो नॉर्मल है उसका नॉर्मल रेट है। बेच तो बैठे हैं सर जी? नहीं यार, छे कुनाग रहेंगे। छे कुनाग रहेंगे, माशाल्लाह गाहक अजय है लेकिन है घट है। अजय बाजार डोल। हाँ जी, अजय मार्केट है ना, सोते भी। हाँ जी, मार्केट आ थोड़ी स्लो है, गए ना इंशाल्लाह हो जानी है। अल्लाह अल्लाह। बहू जी ऐसले नहीं सोते बिकते हैं पे बाहर रेट के नहीं, गवर्नमेंट लगन दे। हाँ जी हाँ जी, ਇਹ ਕਿਤੇ ਤੋਂ ਬਾਹਰ ਰੇੜੀਆਂ ਨਹੀਂ ਲੱਗਣੀਆਂ ਸਾਡੇ ਕੋਲ ਸੋਤਾ ਕੋਲ ਖਰੀਦ। ਹਾਂਜੀ ਬਾਹਰ ਬਿੱਤੇ ਦਾ ਤੇ ਖਰੀਦ। ਹਾਂਜੀ ਹਾਂਜੀ, ਇਸ ਵਜ੍ਹਾ ਤੇ ਅੱਜ ਪੰਜਵਾਂ ਸੱਤਵਾਂ ਦਿਹਾੜਾ ਹੋ ਗਿਆ ਬਾਜ਼ਾਰ ਬੜੇ ਤੋਂ। ਅੱਛਾ ਅੱਛਾ ਅੱਛਾ, ਤਾਂ ਅਮਰੂਦ ਘੱਟ ਵੇਖ ਰਿਹਾ? ਤਾਂ ਅਮਰੂਦ ਘੱਟ ਵੇਖ ਰਿਹਾ, ਔਰ ਇਹ ਚੱਲੀ ਅਸੀਂ 2000 ਦੀ 2200 ਦੀ ਵੇਚਦੇ ਰਹੇ ਹਾਂ, ਇਹ ਚੱਲੀ ਹੁਣ ਅਸੀਂ 700 ਦੀ 800 ਦੀ 900 ਦੀ 1000 ਦੀ ਜਿੱਥੇ ਜਗ੍ਹਾ। ਤੁਸੀਂ ਰਿਕੁਐਸਟ ਕਰੋ ਨਾ ਉਹਨਾਂ ਅੱਗੇ ਕਿ ਰੇੜੀਆਂ ਲੱਗਣ ਦੇ। ਦੇਖੋ ਜੀ, ਹੁਣ ਲੱਖਾਂ ਬੰਦੇ ਜਿਹੜੇ ਰੇੜੀਆਂ ਤੇ ਗੁਜ਼ਾਰਾ ਕਰਦੇ। ਹਾਂਜੀ ਹਾਂਜੀ, ਇੱਕ ਲੱਖ ਬੰਦਾ ਰੇੜੀ ਲਾਉਂਦਾ ਹੈ ਉਹਦਾ ਪਿੱਛੇ ਖਾਣ ਵਾਲਾ ਪਰਿਵਾਰ ਕਿੱਥੇ? ਹਾਂਜੀ ਹਾਂਜੀ, ਭੈੜੇ ਹਾਲ ਦਾ 9-10 ਲੱਖ ਬੰਦੇ ਨੂੰ ਪਾਲ। ਸਹੀ ਗੱਲ ਹੈ। ਅਤੇ ਹੁਣ ਗੌਰਮੈਂਟ ਉਹਨੇ ਅੱਗੇ ਰੇੜੀਆਂ ਦੀ ਬਾਹਰ ਲੱਗਣ ਦਾ ਨਹੀਂ ਕਿ ਰਕਸ਼ਿਆ ਵਾਲੇ ਨੂੰ ਤੰਗ ਕਰਦੇ ਪਏ। ਹਾਂਜੀ ਹਾਂਜੀ, ਨਾਮ ਕਿਸ ਤਰ੍ਹਾਂ ਚੱਲੇਗਾ ਉਹ ਮਸਲਾ ਹੋਇਆ ਹੋਇਆ ਨਾ ਕਿ ਨਹੀਂ ਗੌਰਮੈਂਟ ਰੇੜੀਆਂ ਲੱਗਣ ਦੇ। ਉਹ ਮਜ਼ਦੂਰ ਨੇ ਜਿਹੜੇ, ਉਹ ਮਜ਼ਦੂਰ ਕਿਹੜੇ ਪਾਸੇ ਜਾਣਗੇ? ਬਸ ਇਹ ਗੌਰਮੈਂਟ ਅੱਗੇ ਰਿਕੁਐਸਟ ਹੈ ਵੀ ਚਲੋ ਬਾਜ਼ਾਰ 'ਚ ਨਹੀਂ ਲਾਉਣ ਦਿੰਦੇ ਉਹਨਾਂ ਨੂੰ, ਲਾਦਾ ਜਗ੍ਹਾ ਦੇ ਸਕਦੇ। ਹਾਂਜੀ ਹਾਂਜੀ ਠੀਕ ਹੈ, ਉੱਥੋਂ ਜਾ ਕੇ ਖਰੀਦਣ ਵਾਲੇ ਵੀ ਖਰੀਦ ਲੈਣ, ਵੇਚਣ ਵਾਲੇ ਵੇਚ ਲੈਣ, ਦੋ ਗੱਲਾਂ ਦਾ ਨਿਜ਼ਾਮ ਪਿਆ ਜੀ। ਓਕੇ, ਅੱਜ ਸਭ ਕੀ ਗੱਲ ਹੈ? ਗਾਹਕ ਕੋ ਨਹੀਂ, ਗਾਹਕ ਬੜੇ ਹੈ, ਗਾਹਕ ਬੜੇ। ਕਿਉਂ ਫਿਰ ਵਿਹਲੇ ਬੈਠੇ ਹੋ? ਇਹ ਸਾਰਾ ਅਮਰੂਦ ਹੀ ਪਿਆ ਹੋਇਆ? ਅਮਰੂਦ ਹੀ ਸਾਰਾ। ਇਹ ਬੰਦ ਹੀ ਰੱਖੀਆਂ ਹੋਈਆਂ ਨੇ ਪੇਟੀਆਂ? ਚੱਲਿਆ ਪਿਸ਼ਾਵਰ। ਪਿਸ਼ਾਵਰ ਚੱਲਿਆ? ਕਿਉਂ ਇੱਥੇ ਨਹੀਂ ਵਿਕਦਾ? ਇੱਥੇ ਲੋਰੀਏ ਪੈਸੇ ਨਹੀਂ ਖਰਚਦੇ, ਲੋਰੀਏ ਪੈਸੇ ਨਹੀਂ ਖਰਚਦੇ। ਕਿਉਂ? ਵੇਚੇਗਾ ਨਹੀਂ ਤੇ ਫਿਰ ਅੱਗੇ ਵਿਕਣਾ ਕੀ ਚੀਜ਼ ਹੈ? ਨੌਕਰੀਆਂ ਦੇਵੇ ਕਿ ਰੇੜੀਆਂ ਨਹੀਂ ਲਾਵਾਂਗੇ? ਸਹੀ ਗੱਲ ਹੈ। ਧਿਆਨ ਕਰ ਬਾਬਾ, ਬਾਬੇ ਜੀ ਹੋਰੀ ਵੇਚ ਕੇ ਬੈਠੇ ਹੋਏ ਅਮਰੂਦ। ਕਿਉਂ ਬਾਬਾ ਜੀ ਵੇਚ ਲੈ ਜੇ, ਅਜੇ ਨਹੀਂ ਵਿਕੇ? ਤੁਸੀਂ ਸਰਕਾਰ ਧੜੀਆਂ ਲਾ ਕੇ ਬੈਠੇ ਹੋਏ ਜੇ? ਹਾਂ ਜੀ, ਆ ਧੜੀਆਂ ਲਾ ਕੇ ਬੈਠੇ। ਕਿੰਨੇ ਦੀ ਧੜੀ? 60 ਰੁਪਏ ਕਿਲੋ। 60 ਰੁਪਏ ਕਿਲੋ? 300 ਦੀ ਧੜੀ। 300 ਦੀ ਧੜੀ? ਅਰੇ ਤੋਹਫੇ ਰੱਖੇ ਹੋ ਮਾਸ਼ਾਅੱਲਾ ਜੀ, ਮਾਸ਼ਾਅੱਲਾ ਅਮਰੂਦ ਬੜਾ ਅੱਛਾ ਆਇਆ ਭਾਣਾ ਆਪਣੇ ਕੋਲੇ। ਅੱਜ ਤਾਂ ਮਾਸ਼ਾਅੱਲਾ ਪੂਰੇ ਤੋਹਫੇ ਰੱਖੇ ਹੋ। ਇਨਸ਼ਾਅੱਲਾ ਇਨਸ਼ਾਅੱਲਾ ਨਹੀਂ, ਅੱਛੇ ਅੱਛੇ ਸੌਦੇ ਆਏ ਜੇ, ਇਹ ਨਸਲਾਂ ਹੁੰਦੀਆਂ ਨੇ ਅਮਰੂਦ ਦੀਆਂ। ਹਾਂਜੀ ਹਾਂਜੀ, ਹੋਰ ਸੁਣਾਓ? ਬਸ ਸ਼ੁਕਰ ਅੱਲਾਹ, ਅੱਲਾਹ ਦੀ ਜ਼ਾਤ। ਆਪਣੇ ਲਾਲਾ ਜੀ ਨੇ ਜੋ ਆਪਣਾ ਯੂਸਫ ਸਾਹਿਬ, ਅੱਛਾ ਜੀ, ਬਹੁਤ ਅੱਛੇ ਬੰਦੇ ਨੇ, ਬਹੁਤ ਵੱਡੇ ਠੇਕੇਦਾਰ ਨੇ, ਇਹਨਾਂ ਦੀ 2-250 ਰੁਪਏ ਨਾ, 2-250 ਨਾ ਰੋਜ਼ਾ ਹੁੰਦਾ। ਹਾਂਜੀ 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 ਹਾਂਜੀ, ਚੈਨਲ ਕਿਹੜਾ ਜੀ? ਚੈਨਲ ਕਿਹੜਾ ਜੀ? ਦੱਸਨੇ ਆ ਸਰ, ਦੱਸਨੇ ਹੈ ਆਈ ਸਾਹਿਬ ਹੋਰੀ ਵਪਾਰੀ ਹੈ। ਅੱਛਾ ਅੱਛਾ, ਮਾਸ਼ਾਅੱਲਾ ਇਹਨਾਂ ਦਾ ਮਾਲ ਆਉਂਦਾ। ਅੱਛਾ ਅੱਛਾ, ਵੇਚੋ ਖੁਸ਼ ਹੋ ਕੇ ਵੇਚੋ। ਚੈਨਲ ਕਿਹੜਾ ਬਣਾਇਆ? ਅਸਲਮ ਵਲੌਗ 3। ਅਸਲਮ ਵਲੌਗ 3? ਅੱਛਾ ਜੀ, ਪਤਾ ਨੀ ਕਿਉਂ ਕਿਉਂ ਨੀ ਮੂੰਹ ਤਾਂ ਕਰ, ਕਿਉਂ ਸ਼ਰਮਾਏ ਖੜੇ, ਕੀ ਵਜ੍ਹਾ? ਚਲੋ ਲੋੜਦਾ ਬਾਬਾ ਅਖਤਰ ਲਾਵਾ। ਇਮਾਨ ਵਾਲੇ ਬੰਦੇ ਆ, ਸਾਡਾ ਇਮਾਨ ਹੈ। ਇੱਕ ਦਿਨ
ਮੁਲਕ ਠੀਕ ਹੋਏਗਾ ਸਾਡਾ ਸਾਡਾ ਮੁਲਕ ਜੇ ਬਰਾਨ ਖਾਏ ਦਾ ਦੁਆ ਕਰੋ ਅੱਲਾ ਦੀ ਮਿਹਰਬਾਨੀ ਨਾਲ ਮੁਲਕ ਦੇ ਬਰਾਨ ਖਾਏ ਨਾਲ ਮੁਲਕ ਠੀਕ ਹੋਏ ਇਹ ਨਹੀਂ ਕਹਿਣਾ ਕਿਸੇ ਦੇ ਆਣ ਨਾਲ ਨਹੀਂ ਹੁੰਦਾ ਅੱਲਾ ਦੀ ਦੁਆ ਨਵਾਜ਼ ਸ਼ਰੀਫ ਨੇ ਆਪਣਾ ਦਰ ਮੂੰਹ ਕਰ ਬੋਦੀ ਨਵਾਜ਼ ਸ਼ਰੀਫ ਆਵੇਗਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਆ ਭੈਣ ਸਾਡਾ ਆੜਤੀ ਦੇ ਇਹਦੇ ਸੁਣਿਆ ਜਰਾ ਰੋਵੀ ਆਪਣ ਵਾਲੀ ਹਕੂਮਤ ਨਵਾਜ਼ ਸ਼ਰੀਫ ਦੀ ਏ ਯਾਰ ਅੱਲਾ ਦੀ ਜ਼ਾਤ ਨੇ ਕਰਨਾ ਹਕੂਮਤਾਂ ਦੇ ਇਹ ਤੁਸੀਂ ਚੋਰੀ ਹੋਰ ਕੀ ਹੈ ਭਾਈ ਸੱਚਾ ਲੀਡਰ ਨਵਾਜ਼ ਸ਼ਰੀਫ ਪਹਿਲਾਂ ਤੁਸੀਂ ਉਹਨੂੰ ਚੋਰ ਚੋਰ ਕਹਿ ਕੇ ਉਹਨੂੰ ਬਾਹਰ ਕੱਢ ਛੱਡਿਆ ਹੁਣ ਉਹਦੇ ਪੈਰ ਫੜ ਦਿਆ ਬੇ ਕਿ ਚਾਚਾ ਜੀ ਆ ਜਾ ਮੁਲਕ ਸਹੀ ਕਰੋ ਦਾਦਾ ਫੋਨ ਕਰੋ ਚੋਰ ਆ ਗਏ ਫੇਰ ਇੱਥੇ ਟੁੱਟਣ ਫੇਰ ਆ ਗਏ ਚੋਰ ਭਾਈ ਸਾਹਿਬ ਤੁਸੀਂ ਕਾਜੂ ਛੁਰੀਆਂ ਵੇਚ ਰਹੇ ਜੇ ਹੈਂ ਕਿਉਂਕਿ ਅਮਰੂਦ ਲੋਕਾਂ ਨੇ ਕੱਟ ਕੇ ਖਾਣੇ ਹੁੰਦੇ ਨੇ ਨਾ ਇਨਸ਼ਾਅੱਲਾ ਜੀ ਇਨਸ਼ਾਅੱਲਾ ਤੁਸੀਂ ਆਪਣੀ ਕੋਈ ਗੱਲ ਕਰਨਾ ਚਾਹੁੰਦੇ ਨੇ ਤੇ ਦੱਸੋ ਪੈਗਾਮ ਦਿਓ ਲੋਕਾਂ ਨੂੰ ਕਾਹਦਾ ਪੈਗਾਮ ਕੋਈ ਵੀ ਕਿਸੇ ਨੇ ਚੀਜ਼ ਮੰਗਵਾਣੀ ਹੈ ਜਾਂ ਕੀ ਰੇਟ ਵੇਚ ਰਹੇ ਜੇ ਨਹੀਂ ਅਮਰੂਦ ਅਸੀਂ ਵੇਚਨੇ ਆ ਵੈਸੇ 100-150 ਰੁਪਏ ਦਾ 60-70 ਰੁਪਏ ਦਾ 50 ਰੁਪਏ ਦਾ ਅੱਛਾ 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 ਅਮਰੂਦ ਖਰੀਦੇ ਹਣ ਚੰਗੇ ਨਹੀਂ ਅਮਰੂਦ ਅੱਛਾ ਸਾਰਾ ਅਮਰੂਦ ਉਹਨਾਂ ਨੂੰ ਬੰਦ ਕਰ ਤੇ ਪੇਟੀਆਂ 'ਚ ਰੱਖਾ ਹੋਇਆ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹਦੇ ਚ ਕੋਈ ਸ਼ੱਕ ਨਹੀਂ ਵੀਆਈਪੀ ਹਕੀਕਤ ਹੀ ਵੀਆਈਪੀ ਹੈ ਲੇਕਿਨ ਗਾਹਕ ਵੀਆਈਪੀ ਹੋਵੇਗਾ ਤਾਂ ਫੇਰ ਹੀ ਹੈ ਨਾ ਜਿਹੋ ਜਿਹਾ ਅਮਰੂਦ ਹੈ ਇਹੋ ਜਿਹਾ ਮੁੱਲ ਵੀ ਲੱਗਣਾ ਚਾਹੀਦਾ ਫੇਰ ਮਜ਼ਾ ਆਉਂਦਾ 1500 ਦਾ ਇੱਕ ਠੀਕ ਹੈ ਸਰ ਜੀ ਠੀਕ ਹੈ ਲੋ ਜੀ ਲੋ ਜਿੱਥੇ ਵੀ ਆ ਗਏ ਯਾਨੀ ਗਾਹਕ ਲੱਗ ਗਏ ਉੱਥੇ ਵੇਚ ਲੈ ਛਾਬੇ ਵਾਲਾ ਖੜਾ 18 ਕਿਲੋ ਵਜ਼ਨ ਹੈ 2000 ਰੁਪਏ ਮੰਗਦੇ ਨੇ 2000 ਮੰਗਦੇ ਗਾ ਕਹਿੰਦਾ 100 ਰੁਪਏ ਕਿਲੋ ਲਾਓ ਹਾਂਜੀ ਗਾ 100 ਰੁਪਏ ਮੰਗਦਾ 100 ਰੁਪਏ ਉੱਤੇ ਨਹੀਂ ਉਹ 80 ਦੱਸਦਾ ਠੀਕ ਹੋ ਗਿਆ ਮਾਲ ਵੀ ਅੱਛਾ ਹੈ ਮਾਲ ਮਾੜਾ ਨਹੀਂ ਹੈ ਐ ਸਾਰੇ ਕਮਾਨ ਆ ਰੇਟ ਵੀ 200 ਰੁਪਏ ਦੱਸੀ ਜਾਂਦੇ ਨੇ ਅੱਗੇ 100 ਰੁਪਏ ਵਿਕਦਾ 1800 ਦਾ ਇੱਕ ਲੱਖ 100 ਰੁਪਏ ਇਹ ਤਾਂ ਬੜੀ ਮਹਿੰਗੀ ਪੈਂਦੀ ਹੈ 15 ਕਿਲੋ ਵਜ਼ਨ ਹੈਗਾ 300 ਪੱਲਿਓ ਪੈਂਦਾ ਸਹੀ ਗੱਲ ਤੁਸੀਂ ਵੀ ਖਿਲਾੜੀ ਸਕੂਨ ਨਾਲ ਬੈਠੇ ਹੋਏ ਕੋਈ ਗਾਹਕ ਨਹੀਂ ਹੈਗਾ ਘਟੇਗਾ ਗਾਹਕ ਅਸੀਂ ਕੀ ਵਜ੍ਹਾ ਇਹਦੀ ਗਾਹਕ ਗਾਹਕ ਦੀ ਵਜ੍ਹਾ ਇਹ ਹੈਗੀ ਹੈ ਕਿ ਬਾਹਰ ਬੋਰਡ ਵਾਲੇ ਬਹੁਤ ਤੰਗ ਕਰ ਰਹੇ ਨੇ ਰੇਹੜੀਆਂ ਲੱਗਣ ਨਹੀਂ ਦਈਆਂ ਜਿਨ੍ਹਾਂ ਦੀਆਂ ਰੇਹੜੀਆਂ ਨਹੀਂ ਲੱਗ ਰਹੀਆਂ ਅੱਛਾ ਅੱਛਾ ਤੇ ਉਹਨਾਂ ਨੇ ਫਿਰ ਕਿੱਥੇ ਰੇੜੀ ਕਿੱਥੇ ਸੌਦਾ ਲਾਣਾ ਸਹੀ ਖਰਾਬ ਤੇ ਨਹੀਂ ਕਰਨਾ ਉਹਨਾਂ ਨੇ ਸੌਦਾ ਇਸ ਟਾਈਮ ਨੂੰ ਸੌਦਾ ਫਰਕ ਹੋਇਆ ਇਸ ਟਾਈਮ ਨੂੰ ਸੌਦਾ ਕੀ ਸੌਦਾ ਜਿਹੜਾ ਹੈਗਾ ਨਾ ਸੌਦਾ ਮੰਡੀ ਅਸੀਂ 8 ਵਜੇ ਆਉਂਦੇ ਸੀ 7:30 ਤੇ ਉਸ ਟਾਈਮ ਵੀ ਸਮਰੂਦ ਨਹੀਂ ਸੀ ਲੱਭਦਾ ਸਾਨੂੰ ਅੱਛਾ ਅੱਛਾ ਤੇ ਹੁਣ 9:30 ਵੱਜਣ ਲੱਗੇ ਨੇ ਯਾਨੀ ਕਿ ਬਾਹਰ ਰੇੜੀਆਂ ਨਹੀਂ ਲੱਗਣ ਦੇ ਰਹੇ ਤਾਂ ਵਾਸਤੇ ਸੌਦੇ ਨਹੀਂ ਹਾਂ ਸੌਦਾ ਨਹੀਂ ਵਿਕ ਰਹੀ ਠੀਕ ਠੀਕ ਬਾਹਰ ਰੇੜੀ ਲੱਗੇਗੀ ਤੇ ਸੌਦਾ ਵਿਕੇਗਾ ਸਾਰਾ ਅਮਰੂਦ ਅੱਧੀ ਮੰਡੀ ਚ ਇਸ ਬੰਦੇ ਦਾ ਅਮਰੂਦ ਆਉਂਦਾ ਹੈ ਤੇ ਬੇਚਾਰਾ ਬੜਾ ਪਰੇਸ਼ਾਨ ਹੈ ਇਹਦੇ ਨਾਲ ਗੱਲ ਕਰੋ ਇਹ ਸਾਡੇ ਵਪਾਰੀ ਹੈ ਇਹ ਉਹ ਹੈ ਮੁਨਸ਼ੀ ਸਾਹਿਬ ਇਹ ਨਾਲ ਗੱਲ ਕਰੋ ਇਹ ਸਾਈਂ ਸਾਹਿਬ ਨੇ ਇਹ ਨਾ ਟੇਪਾਂ ਪਾ ਉਹ ਰੱਸੀਆਂ ਖੋਲਦੇ ਨੇ ਅਮਰੂਦਾਂ ਦੀਆਂ ਵਾਟਰਪ੍ਰੂਫ
माड़े बंदे फुटबॉल दे रेड़ी लान दिंदे सड़कां दे लान नहीं दिंदे फिर आखदे सानू मेरे कहण फैर मारदे ने टिकेटियां करदे ने एक काल होया हरचे नहीं पूरे होंदे बड़े मजबूर ने लोग खर्चे है बागां दे खर्चे कीते हां जी ए 100 रुपया ते 100 रुपया मेरे कहण दा किराया 20 रुपये मजदूरी है 200 देया पै गया ते 100 रुपये छली है बार लादा रद्दी लादा पराली लादा मगरू मैं तराई लादा मजदूर लादा देनी दारी मालक लादा देने पैसे रोटी लादा तीन टाइम तो मगर मगर दलील हो गई अज इन एक पैसा ना देखिए दूसरे आमदनी नहीं आया जिन्हू आखिए ना लाला सुबह तैयारी आता अभी रात की रोटी नहीं मेरे को पक्की है सू पैसे दे सुबह तैयारी ला दे एक दिन आखिर पैसे नहीं आने आता वर्ड फूटी भैन दी जितू बड़े दलील होए बड़े दलील होए सौदा विकदा कौन नहीं मंडी बैठे अभी घूम तू की करना है जो किसी माड़े ने कोई दस दस पचास पचास हजार देने रोटी तो खान कपड़े भी नहीं लैन आते बच्चों की जुत्ती भी नहीं लैन आती है पेंसिल है कापी है कहीं गरीब चोरी है गुजरात के करे पैंसल पूंसल काफी मेरे फीसा भी ले ला हियाँ हूँ तो मेरे कहते अगले पैसे पहले लेंदे ने इन्हें टीचर मेरे को ला दी ने हाँ जी चार चार लाख का हाँ जी तो ते खर्चा अच्छा तो सप्रे तो भी दसो बड़े वे 15 रुपए एक बंदे ने दिहाड़ी है क्या 17000 रुपए की गोड़ी है खाद डीएपी दी एक 17000 रुपए ਗੋੜੀ ਖਾਦ ਡੀਏਪੀ ਜਿਹੜੀ ਹੈ ਜੀ ਤੇ ਜਿਹੜੀਆਂ ਸਪਰੇਵਾਂ ਆਉਂਦੀਆਂ ਨੇ ਨੰਬਰ 8 ਦੇ ਆ ਚਾਚਾ ਬਾਬਾ ਨੂਰ ਹੈ ਆ ਭਾਲ ਲੱਭਾ ਸਾਡਾ ਸਾਜੋ ਵਾਲੋਂ ਆਦਾ ਭਾਲ ਲੱਭਾ ਬ੍ਰਾਂਡ ਹੈ ਅਮਰੂਦਾਂ ਵੀ ਬਣਾਉ ਦੇਣਾ ਭਾਲ ਲੱਭਾ ਹੀ ਦੱਸੋ ਜਰਾ ਕਿੰਨੇ ਨਾਗ ਵੇਚੇ ਸਵੇਰ ਦੇ ਦੱਸੋ ਜੀ ਦੱਸੋ ਕਿੰਨੇ ਨਾਗ ਵੇਚੇ ਦੋ ਨਾਗ ਦੱਸੋ ਜੀ ਦੱਸੋ ਇਹਨਾਂ ਤੁਸੀਂ ਦੋ ਨਾਗ ਮਸੇ ਹਾਂ ਜੀ ਖਰਚੇ ਨਹੀਂ ਪੂਰੇ ਹੋ ਰਹੇ ਉਹਨਾਂ ਨੇ ਗਵਰਨਮੈਂਟ ਨੂੰ ਕੋਈ ਨਾ ਰਿਲੀਫ ਦਿਓ ਵੀ ਸਬਸਿਡੀ ਦੇਣ ਇਹਨਾਂ ਨੂੰ मास्टर वकील साहब 800-800 रुपए दे बेच के इन्होंने खर्चे भी नहीं पूरे हुए तकरीबन दो तो ज्यादा माशाल्लाह सेल हो जाती सारी सारी हो खुश रहा कर खुश रहा कर खुश हो माशाल्लाह सुभान अल्लाह बड़े वधिया हां जी बेफिक्र हो के लालाई किन्ने किन्ने दी पेटी बेची और ये बेची जे 10000 दी जी माशाल्लाह फिर बड़ा अमरूद आया साबा जावा कल लावा